ਦੋਸਤੋ ਰਾਤੀ ਸਹਿਜੀ ਖੱਜਲ ਖੁਆਰੀ ਤੋਂ ਬਾਅਦ ਨਾ ਰਾਹ ਖੁੱਲ੍ਹਿਆ, ਕੋਈ 4 ਘੰਟੇ ਤਾਂ ਅਸੀਂ ਫਸੇ ਰਹਿ ਗਿਆ ਸੀ। 4 ਘੰਟੇ ਬਾਅਦ ਰਾਹ ਖੁੱਲ੍ਹਿਆ, ਹੁਣ ਤਾਂ ਖੈਰ ਉਨੀ ਰੋਡ ਕਲੀਅਰ ਹੋ ਗਏ, ਕਾਜ਼ੀ ਅਹਿਮਦ ਉਹ ਕੋ ਉਹਨਾਂ ਦਾ ਫੈਸਲਾ ਹੋ ਗਿਆ, ਉਹ ਜਿਹੜੇ ਧਰਨਾ ਦੇ ਕੇ ਬੈਠੇ ਹਨ ਉਹਨਾਂ ਦਾ ਫੈਸਲਾ ਮੁੱਕ ਗਿਆ। ਅੱਛਾ, 4 ਘੰਟੇ ਫਸੇ ਰਿਹਾ ਸੀ, 6 ਵਜੇ ਵੜਿਆ ਸੀ ਲੈਣ, ਇੱਥੇ 10 ਵਜੇ ਨਿਕਲਿਆ ਸੀ। ਪਿਛਲੀ ਵੀਡੀਓ ਦੇ ਮੈਂ ਦੱਸ ਚੁੱਕਾ ਤੁਹਾਨੂੰ, ਔਰ ਉਹ ਵੀਡੀਓ ਵੀ ਮੈਂ ਅਪਲੋਡ ਕਰ ਚੁੱਕਾ। ਹੁਣ ਅਸੀਂ ਪੜਦੇ ਵਧੇ ਹਾਂ ਤਕਰੀਬਨ ਕੋਈ ਤਰੰਡੇ ਦੇ ਲਗਭਗ ਰਾਤੀ। ਵੈਸੇ ਤੁਹਾਨੂੰ ਦੱਸਦਾ ਜਾਵਾਂ, ਰਾਤੀ ਰੋਡ 'ਤੇ ਨਾ ਵੀ ਚਿੜੀ ਦਾ ਬੱਚਾ ਵੀ ਹੋਵੇ, ਇਹਨੇ ਰੋਡ 'ਤੇ ਰਸ਼ ਕੋਈ ਨਾ, ਬਿਲਕੁਲ ਕੋਈ ਨਾ, ਗੱਡੀ ਕੋਈ ਨਾ ਰੋਡ 'ਤੇ, ਨਾ ਕੋਈ ਰੋਡ 'ਤੇ ਗੱਡੀ ਆ, ਔਰ ਨਾ ਕੋਈ ਰੋਡ 'ਤੇ ਮੋਟਰਵੇ ਪੁਲਿਸ ਆ। ਮੋਟਰਵੇ ਜੇ ਗੱਡੀ ਦਾ ਕੰਮ ਆ, ਉਹ ਸਾਨੂੰ ਇੱਥੋਂ ਕਰਾਉਣਾ ਪੈ ਗਿਆ। ਉਹ ਜੇ ਤਰੰਡੇ ਤਰੰਡਾ ਬਾਈਪਾਸ 'ਤੇ ਨਾ, ਇੱਥੇ ਮਾਰਕੀਟ ਹੈ, ਇੱਥੋਂ ਗੱਡੀਆਂ ਗੁੱਡੀਆਂ ਦਾ ਸਮਾਨ ਹਰ ਸ਼ੱਲਾ ਲੱਭ ਜਾਂਦੀ। ਇਹ ਕੰਮ ਥੋੜ੍ਹਾ ਜਿਹਾ ਕਰਾ ਕੇ, ਵੈਲਡਿੰਗ ਦਾ ਕੰਮ ਆ ਉਹ ਕਰਾ ਕੇ, ਅਤੇ ਹੁਣ ਅਸੀਂ ਨਿਕਲਦੇ ਹਾਂ ਅਗਾਂਹ ਤੇਰਾ ਅਲੀਪੁਰ ਵਾਲੇ ਰਾਹ 'ਤੇ। ਅਲੀਪੁਰ ਵਾਲੇ ਰਾਹ ਤੋਂ ਮੁਜ਼ੱਫਰਗੜ੍ਹ ਸਮੱਟੇ ਤੱਕ ਮੇਰੇ ਨਾਲ ਰਹਿਣਾ, ਵੀਡੀਓ ਪੂਰੀ ਵੇਖਣੀ ਹੈ। ਚੈਨਲ 'ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ। ਤਰੰਡੇ ਚੌਂਕ ਜੋ ਨਾ ਅਲੀਪੁਰ ਵਾਲੇ ਰੋਡ 'ਤੇ ਫਿਰ ਰਹੇ ਹਾਂ, ਅਤੇ ਇਹ ਪਤਾ ਨਹੀਂ ਬੰਦੇ ਕੀ ਕਰਨ ਦੇ ਖਲੋਤਨ। ਮੇਰੇ ਖਿਆਲ ਇਹ ਨਾ ਸਪੀਡ ਬ੍ਰੇਕਰ ਇੱਕ ਬਣਾਉਂਦੇ ਪੈਣ, ਉਹ ਅੱਲਾ ਦੇ ਬੰਦੇ ਨਾ ਬਣਾਓ, ਅੱਗੇ ਜੰਪ ਥੋੜ੍ਹੇ ਰੋਡਾਂ 'ਤੇ ਤੁਸੀਂ ਨਵੇਂ ਸਪੀਡ ਬ੍ਰੇਕਰ ਬਣਾਏ ਜਾਂਦੇ ਹੋ। ਇਹ ਦੋਸਤੋ ਹੈਡ ਪਾਈਨਾਦ ਰੋਡ ਵੀ ਇਹਨੂੰ ਆ ਦਿਨ, ਔਰ ਅਲੀਪੁਰ ਰੋਡ ਵੀ ਇਸਨੂੰ ਆ ਦਿਨ। ਇਹ ਕਲਿੰਡਰ ਸਾਈਡ ਵੱਲ ਜਿਹੜੇ ਤੁਹਾਨੂੰ ਲੱਕੜ ਦੀ ਫੱਟੀਆਂ ਜਿਹੀਆਂ ਨਜ਼ਰ ਆ ਰਹੀਆਂ ਨਾ, ਇਹ ਗੁੱਟ ਕੇ ਬਣੇ ਪੈਣੀਆਂ ਨੇ ਗੱਡੀਆਂ ਨੂੰ, ਤੁਸੀਂ ਗੁੱਟ ਕੇ ਲਾਉਣੇ ਹੁੰਦੇ ਨੇ ਗੱਡੀ ਗੁੱਡੀ ਨੂੰ, ਤਾਂ ਉਹ ਬਣੇ ਬਣਾਏ ਗੁੱਟ ਕੇ ਇੱਥੋਂ ਬਿਹਤਰੀਨ ਕਿਸਮ ਦੇ, ਇਹ ਬਣਾ ਕੇ ਰੱਖਦੇ ਨੇ ਇੱਥੋਂ ਬਿਹਤਰੀਨ ਕਿਸਮ ਦੇ ਗੁੱਟ ਕੇ ਇੱਥੋਂ ਲੱਭ ਜਾਂਦੇ। ਤੁਸੀਂ ਤੁਸੀਂ ਦੌਰਾਨ ਸਫ਼ਰ ਕਰ ਰਹੇ ਗੱਡੀ ਦੇ ਵਿੱਚ ਆਏ, ਲੇਕਿਨ ਮੇਰੇ ਦਿਲ ਅੱਜ ਕੁਝ ਨਵਾਂ ਹੋ ਜਾਵੇ, ਕੋਈ ਮੋਸੀਕੀ ਪ੍ਰੋਗਰਾਮ ਹੋ ਜਾਵੇ, ਤਾਂ ਆਓ ਸੁਣਦੇ ਹਾਂ ਅੱਜ ਦੀ ਮੋਸੀਕੀ। ਉਮੀਦ ਕਰਨਾ ਇਹ ਮਾਹੌਲ ਸਾਡਾ ਜਿਹੜਾ ਸਭ ਬਣਾਇਆ ਤੁਹਾਨੂੰ ਪਸੰਦ ਹੋ ਸੀ, ਗਾਇ ਬਗੈ ਵੀਡੀਓ ਦੇ ਵਿੱਚ ਨਾ ਥੋੜ੍ਹੀ ਥੋੜ੍ਹੀ ਤੁਹਾਨੂੰ ਮਿਊਜ਼ਿਕ ਸੁਣਾਈਂਦਾ ਰਹਿ ਜਾਂਦਾ। ਦੋਸਤੋ ਅਸੀਂ ਹੁਣ ਪਹੁੰਚ ਗਏ ਹਾਂ ਜੀ ਇਸ ਜਗ੍ਹਾ ਨੂੰ, ਸਦਿੰਦਰ ਜੰਗ ਮੋੜ। ਇਹ ਜੰਗ ਮੋੜ ਜੀ, ਇੱਥੋਂ ਅਸੀਂ ਹੁਣ ਟਰਨ ਹੁੰਦੇ ਪਏ, ਇਹ ਫਲਾਈ ਓਵਰ ਜਿਹਾ ਇੱਕ ਬਣਿਆ, ਇੱਥੋਂ ਅਸਾਂ ਮੋੜ ਕੱਟ ਕੇ ਨਾ ਫਲਾਈ ਓਵਰ ਦੇ ਥੱਲੂ ਲੱਗਣਾ, ਉਹ ਸਿੱਧਾ ਰੋਡ ਜਿਹਾ ਸੀ ਜੰਗ, ਬੱਗਾ ਸ਼ਹਿਰ, ਬੱਗੇ ਸ਼ਹਿਰ 'ਚੋਂ ਇੱਕ ਮੀਂਹ ਵਾਲੀ ਅਤੇ ਇੱਕ ਸਿੱਧਾ 18 ਹਜ਼ਾਰੀ ਜੰਗ, ਖੁਸ਼ਾਬ ਅਤੇ ਜ਼ੋਰਾਬਾਦ ਅਤੇ ਅਗਾਂਹ। ਨਾਜ਼ਰੀਨ ਇਸ ਜਗ੍ਹਾ ਦਾ ਨਾਂ ਹੈ ਬੱਗਾ ਸ਼ਹਿਰ ਮੁਜ਼ੱਫਰਗੜ੍ਹ, ਇੱਥੋਂ ਪੈਟਰੋਲ ਪੰਪ ਤੋਂ ਪੁੱਛਣਾ ਡੀਜ਼ਲ, ਕਿਉਂ ਜੋ ਡੀਜ਼ਲ ਥੋੜ੍ਹਾ ਮੈਨੂੰ ਮਲੂਮ ਹੁੰਦਾ, ਡੀਜ਼ਲ ਨਾ ਪੜਾਈ ਸੀ ਸਾਨੂੰ, ਇੱਥੋਂ ਡੀਜ਼ਲ ਪਵਾ ਕੇ ਅਤੇ ਮੋੜ ਅੱਗੇ ਨਿਕਲਦੇ ਹਾਂ।
कमेंट करके जरूर दसना। जी जाते हूं अंदे पे हैं जी, इस जहाज ना है चौक मुंडा दिन दिन ਅਤੇ ਹੁਣ ਤਾਂ ਮੇਰੇ ਖਿਆਲ ਇਹ ਨਾਂ ਇਹਦਾ ਕਾਫੀ ਦਿਨ ਦਾ ਚੇਂਜ ਹੋ ਗਿਆ ਹੈ। ਇਸ ਨੂੰ ਸਦਿੰਦਨ ਚੌਕ ਸਰਵਰ ਸ਼ਹੀਦ, ਇੱਥੋਂ ਕੈਲੰਡਰ ਸਾਈਡ ਮੁੜ ਜਾਵੀਏ, ਸਾਡਾ ਮੂੰਹ ਮੀਂਹ ਵਾਲੀ ਹੈ, ਕੈਲੰਡਰ ਸਾਈਡ ਮੁੜ ਜਾਵੀਏ ਤਾਂ ਸਿੱਧੀ ਸੜਕ ਇਹ ਜਾਂਦੀ ਪਈ ਹੈ ਜੀ ਕੋਟ ਅੱਧੂ। ਅਗਰ ਡਰਾਈਵਰ ਸਾਈਡ ਮੁੜ ਜਾਵੀਏ ਨਾ ਤਾਂ ਇਹ ਸਿੱਧੀ ਸੜਕ ਜਾਂਦੀ ਪਈ ਹੈ ਰੰਗਪੁਰ ਬਘੂਰ। ਅੱਛਾ, ਅਤੇ ਸਿੱਧੇ ਮੀਂਹ ਵਾਲੀ ਅਤੇ ਕੰਡ ਮਗਰ ਮੁਜ਼ੱਫਰਗੜ੍ਹ। ਅਤੇ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਵੀ ਕੌਣ ਕੌਣ ਮੇਰਾ ਵੀਰਾ ਇਸ ਇਲਾਕੇ ਦਾ, ਇਸ ਇਲਾਕੇ ਦਾ ਜਿਹੜਾ ਜਿਹੜਾ ਮੇਰਾ ਵੀਰਾ ਹੈ, ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸੇ ਸੀ। ਸਫ਼ਰ ਤਾਂ ਹੌਸਲੇ ਨਾਲ ਨਹੀਂ ਪੜਦੇ, ਸਫ਼ਰ ਹੀ ਕਾਫੀ ਲੰਮਾ ਹੈ, ਥੱਕੇ ਹੁੰਦੇ ਅਸੀਂ, ਟਾਈਮ ਹੀ ਹੈ ਕੋਈ 4:30 ਦਾ ਟਾਈਮ ਹੈ। ਅਤੇ ਐਵੇਂ ਦਿਲ ਕੀਤਾ ਮੈਂ ਕਿ ਯਾਰ ਚਾਹ ਵਾਸਤੇ ਬ੍ਰੇਕ ਲਈਏ। ਅਜ਼ੀਜ਼ ਚੌਕ ਦੇ ਨਾਲ ਇਹ ਹੋਟਲ ਹੈ, ਕਿੱਕਰਾਂ ਵਾਲਾ ਸ਼ਾਮ ਹੀ ਹੈ ਇੱਥੇ, ਆਪਣਾ ਚਰਾਹ ਵੀ ਚਾਹ ਪੀ ਕੇ ਤਾਂ ਮੁੜ ਨਿਕਲਣਾ ਹੈ। ਦੋਸਤੋ ਜਿਹੜੀ ਜਾ 'ਤੇ ਹੁਣ ਅਸੀਂ ਜਾਂਦੇ ਪਏ ਹਾਂ, ਇਸ ਜਗ੍ਹਾ ਦਾ ਨਾਂ ਹੈ ਫਤਿਹਪੁਰ। ਫਤਿਹਪੁਰ ਤਹਿਸੀਲ ਹੈ ਜ਼ਿਲ੍ਹਾ ਲਈਆ। ਅਤੇ ਇੱਕ ਮੇਰਾ ਵੀਰਾ ਹੈ, ਉਸ ਬਿਨਾਂ ਕਿਹਾ ਵੀ ਯਾਰ ਤੁਸੀਂ ਇਸ ਸਾਈਡ ਵੱਲ ਜਾਂਦੇ ਹੋ ਤਾਂ ਤੁਸੀਂ ਫਤਿਹਪੁਰ ਦੀ ਵੀਡੀਓ ਨਹੀਂ ਬਣਾਉਂਦੇ। ਲੈ ਵੀ ਵੇਲੀ ਆ ਜਾਓ ਜਾਂ ਰਾਜੀ, ਫਤਿਹਪੁਰ ਦੀ ਵੀਡੀਓ ਬਣੀ ਪਈ ਹੋ। ਅਤੇ ਹੁਣ ਖੈਰ ਸ਼ਾਮ ਹੀ ਆਉਂਦੀ ਪਈ ਹੈ, ਅੱਜ ਦੀ ਵੀਡੀਓ ਦੇ ਕਰਸਾਂ ਇੱਥਾਂ ਹੀ ਐਂਡ ਹੈ।
ਸਫ਼ਰ ਤਾਂ ਸਾਡਾ ਹਾਲੀ ਕਾਫ਼ੀ ਪਿਆ, ਰਾਤੋਂ ਰਾਤ ਅਸੀਂ ਜਿਹੜਾ ਸਫ਼ਰ ਕਰਨਾ ਇਨਸ਼ਾਅੱਲਾ ਇਨਸ਼ਾਅੱਲਾ। ਅੱਗਾ ਜਿੱਦਾਂ ਮੱਟੇ ਜਸਾਇਨ ਉੱਥੇ ਪਹਾੜਾਂ ਦੀ ਵੀਡੀਓ ਬਣਾ ਕੇ ਉਹ ਵੀਡੀਓ ਅਲਹਿਦਾ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਦਾ, ਕਿਉਂਕਿ ਵੀਡੀਓ ਹੀ ਕਾਫ਼ੀ ਲੰਮੀ ਹੋ ਜਾਂਦੀ ਹੈ ਅਤੇ ਮੇਰਾ ਦਿਲ ਹੁੰਦਾ ਵੀ ਚਲੋ ਕੁਝ ਜ਼ਿਆਦਾ ਤੁਹਾਡਾ ਟਾਈਮ ਨਾ ਲਿਆ ਜਾਵੇ, ਮੁਖਤਸਰ ਜੀ ਵੀਡੀਓ ਬਣਾ ਕੇ ਨਾ ਦੇਰ ਤਰੀ ਗੱਲਾਂ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ। ਅਤੇ ਤੁਸੀਂ ਅਗਲੀ ਵੀਡੀਓ ਵੇਖਣਾ ਨਹੀਂ ਭੁੱਲਣੀ ਇਨਸ਼ਾਅੱਲਾ ਇਨਸ਼ਾਅੱਲਾ। ਅਗਲਾ ਹਿੱਸਾ ਜਿਹੜੀ ਯਾਨੀ ਤ੍ਰੀ ਵੀਡੀਓ ਹੋਈ ਇਸ ਸਫ਼ਰ ਦੀ ਉਹ ਤੁਹਾਡੇ ਨਾਲ ਕਰਨਾ ਬਹੁਤ ਸ਼ੇਅਰ, ਅਤੇ ਆਪਣਾ ਢੇਰ ਸਾਰਾ ਖਿਆਲ ਰੱਖਿਆ ਹੈ, ਅੱਲਾ ਹਾਫਿਜ਼।